ਮੈਂ ਤੇਰਾ ਕਿਤੇ ਹੋਰ ਨਾ ਮੈਂ ਡੋਲਾ ਕਰਾਂਗਾ ਮਰਾਂ ਨਾ ਜਬੜੇ ਤੇ ਤੈਨੂੰ ਹੋਰ ਨਾ ਤੇਰੇ ਬਰਾਤ ਲਿਆ ਕੇ ਬਾਹਰ ਚ ਖੜਾ ਦਾਂ ਮਰ ਜਾ ਬੰਦਾ ਹਾਂ ਮੈਂ ਕਹਿੰਦੀ ਖੂਨ ਕਿਉਂ ਨਹੀਂ ਚੱਪਦਾ ਕੁੜੀ ਤੇ ਰੋਈ ਜਾਂਦੇ ਕਹਿੰਦੀ ਮੇਰਾ ਖੂਨ ਨਹੀਂ ਚੱਪਦਾ ਹੈ ਤੂੰ ਕਰ ਲੈ ਪੜ ਗਿਆ ਜਿਹੜਾ ਕੁਛ ਕਰਨਾ ਚੁੱਕ ਦਾ ਵਿਆਹ ਨਹੀਂ ਹੋਣ ਦਿੰਦੀ ਤੈਨੂੰ ਹਾਂ ਆ ਤਾਂ ਫਿਰ ਮੈਂ ਵੀ ਹੋਣ ਦਿੰਦੀ ਹਾਂ ਕੋਈ ਗੱਲ ਨਹੀਂ ਇਹਦੇ ਚ ਜ਼ੋਰ ਆ ਗਿਆ ਤਿਆਰੀ ਕਰ ਲਓ ਵਿਆਹ ਦੀ ਵਿਆਹ ਕਰਾਉਣ ਦਾ ਮੈਂ ਛੋੜਨ ਵਾਲੀ ਕਰਾਉਣਾ ਨਾਲੇ ਆਪ ਲੇਖਾ ਕਰ ਦਿਓ ਮੈਂ ਤੁਹਾਡਾ ਖੜਾ ਛੱਡ ਦਿੰਦੀ बेइज्जती कराई जानी होनी आप दी भी तू बह जा बड़ा बेइज्जती दा नाले इज्जत दा मन्नू दा सौ कुछ बोली आओ पौवा जड्डी जनानी नहीं हैगी चल तू छेती कमाल कर दे जमी मैनू ठंडी हो गई गल कर जे गल है क्या मुंडा तो टेंशन च पियागा चुप करके बहजो आपके घने ना पाओ नाले मेरी गल सुन है बहर जान नु एडा की हुआ मुंडे नु इत्थे जिंदगी कड़ना कल्ली पहले कुड़ी तोरती बहर है हुण मुंडे नु तां इत्थे रहण दे दे पता नहीं कहे जी फसाई है कल मूही है मुंडे का खेड़े नहीं छड़ती हूं खेड़ा मैं छड़ा के दिखाऊ तेन हाँ जी बार भी ना फसाया कनेडा कनूडा फराउट निकल गई हाँ हाँ मेनू पता मुंडे ने दसिया पता कि तंग करती है मुंडे नु मेनु सारी गल दसी मुंडे ने पता इना रोया मुंडा मेरे को मेनू कहिंदा है मेन तो डर लग गया कला कला मुंडा जो निकी होगी गल सुनो करी ना तू एडी बड़ी है तेन समझदार कबीलदारी आली ना है तू आप ही सुधरा पैसे आली क्यों तुसी पैसों के लालच च मुंडे नु फसाउन फिर दे कल नु कोई इनकी होगी मैनू तां आई थी मैं कहा चल मुंडा देख अपने कला कला सुख नाल किन्ना चौल आडा नाल पाल के रखिया हां ਗੱਭਰੂ ਜਵਾਨ ਹੈ ਮਹਾਂ ਚੱਲ ਇਹ ਵਗ ਜੂਗਾ ਕੈਨੇਡਾ ਅਮਰੀਕਾ ਮੈਂ ਕਦੇ ਹੌਲੀ ਹੌਲੀ ਬਾਰੀ ਨਾਲ ਕਦੇ ਤੂੰ ਵਗੀ ਕਦੇ ਮੈਂ ਵਗੀ ਕਦੇ ਭੈਣ ਵਗੀ ਕਦੇ ਆਪ ਹੀ ਚੱਲ ਮਾੜਾ ਮੋਟਾ ਝੂਟਾ ਇਹ ਵੀ ਲੈ ਆਊਗਾ ਚੱਕਰਾਂ ਚ ਨਾ ਫਿਰੋ ਬਾਹਰ ਦੇ ਚੱਕਰਾਂ ਚ ਨਾ ਫਿਰੋ ਮੈਂ ਤਾਂ ਸੁਣੀ ਕਿ ਗੱਲ ਸਮਝਣੀ ਮੈਂ ਪਹਿਲਾਂ ਵੀ ਕਹਿ ਕੇ ਆਈ ਆ ਕੁੜੀ ਬਹੁਤ ਸਿਆਣੀ ਆ ਠੀਕ ਆ ਸਮਝਦਾਰ ਕੁੜੀ ਆ ਉਹਨੂੰ ਤਾਂ ਮੈਂ ਬਾਹਰ ਕੱਢ ਦੂ ਉਹਦੇ ਤਾਂ ਭਾਵੇਂ ਵਿੱਚ ਨਾ ਹੀ ਆਇਓ ਫਰਾਊਟ ਫਰੂਟਾਂ ਨੂੰ ਤਾਂ ਮੈਂ ਆਪ ਹੀ ਦੇਖ ਲੂੰਗੀ ਤੇ ਕੁੜੀ ਨੂੰ ਦੇਖ ਲੈਣੇ ਆਪਾਂ ਬਹੁਤ ਵਧੀਆ ਗਈ ਵਧੀਆ ਟੱਬਰ ਚ ਮੇਰੀ ਸੁਣ ਕਰ ਕੁੜੀਆਂ ਮਿਲ ਜੁਲ ਕੇ ਦੇਖ ਲਓ ਭਾਈ ਸਾਰੇ ਹਾਂ ਇਹੀ ਗੱਲ ਆ ਗਈ ਚੁੱਪ ਕਰ ਜਾ ਗੱਲ ਕਰ ਲੈਂਦੇ ਮੇਰੀ ਸੁਣ ਕਰ ਜੇ ਤੂੰ ਫਰਾਊਟ ਵਾਲੀ ਗੱਲ ਕਹਿੰਦੀ ਨਾ ਮਿਲਦੇ ਮੈਨੂੰ ਕੁੜੀ ਨੂੰ ਜੇ ਨਾ ਵਿਚਾਰੋ ਪਾੜੀ ਨਾ ਚਲ ਕੋਈ ਨਾ ਲੋਪੀ ਬਦਲੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਮੇਰੀ ਗੱਲ ਸੁਣ ਹਾਂ ਜੇ ਤੇਰੇ ਕੁੜੀ ਪਸੰਦ ਦਾ ਫਿੱਟ ਹੈ ਤਾਂ ਸਾਨੂੰ ਦਿਖਾ ਗੱਲਬਾਤ ਕਰ ਲਾਂਗੇ ਮੈਂ ਆਪ ਕਹਿੰਦੀ ਕੁੜੀ ਬਥੇਰੀ ਸਿਆਣੀਆਂ ਫਿੱਟ ਮੇਰੇ ਤਾਂ ਸਾਰੀ ਗੱਲ ਫਿੱਟ ਆ ਬਾਕੀ ਤੇਰੀ ਆਪਦੀ ਮਰਜ਼ੀ ਆ ਮੇਰੀ ਗੱਲ ਸੁਣ ਲੈ ਜੀ ਤੇਰੇ ਸਾਰੀ ਗੱਲ ਫਿੱਟ ਹੈ ਅਸੀਂ ਤਾਂ ਚੁਬਾਹਰਾ ਕਿਤੇ ਸਾਨੂੰ ਦਿਖਾ ਸਾਡੀ ਗੱਲਬਾਤ ਕਰਾ ਦੀ ਕੋਈ ਗੱਲ ਨਹੀਂ ਸਾਰਿਆਂ ਨਾਲ ਮਿਲਾਉਂ ਟੱਬਰ 'ਚ ਬੈਠ ਕੇ ਆਪਾਂ ਗੱਲ ਕਰਾਂਗੇ ਪਰਵਾਹ ਨਾ ਕਰੋ ਕੁੜੀ ਨੂੰ ਮੈਂ ਆਪ ਹੀ ਮਿਲਾਉਂ ਕੱਲ ਨੂੰ ਤੁਹਾਨੂੰ ਕੁੜੀ ਨਾਲ ਮਿਲਾ ਦੂੰਗੀ ਮੇਰੀ ਗੱਲ ਸੁਣ ਭੈਣੇ ਚਲ ਆਪਣੀ ਗੱਲ ਤਾਂ ਹੋਰ ਆਪਾਂ ਤਾਂ ਮੰਨ ਗਏ ਸੁੱਖ ਨਾਲ ਵੀ ਇੱਕ ਵਾਰੀ ਗੱਲ ਕਰ ਲਈ ਉਹਦੀ ਪਰਵਾਹ ਮੇਰੇ ਤੇ ਛੱਡ ਦੋ ਨਹੀਂ ਉਹਦੀ ਟੈਨਸ਼ਨ ਨਾ ਲੈ ਹਾਂ ਉਹਦੀ ਟੈਨਸ਼ਨ ਨਾ ਲੈ ਕੱਲ ਇੱਕ ਇਹਨਾਂ ਦੀ ਆਹ ਦਾ ਰੌਲਾ ਮਾਰਦਾ ਸਾਰਾ ਚਲ ਕੋਈ ਨਾ
ਤੂੰ ਸੁੱਖ ਨੂੰ ਮਨਾ ਲੈ ਐ ਕਰ ਕੋਈ ਗੱਲ ਨਹੀਂ ਨਿਪੜ ਗਈ ਠੀਕ ਆ ਤੁਸੀਂ ਬੈਠੋ ਜਾਂ ਅਸੀਂ ਬੋਏ ਕਰ ਚਾਹ ਬਣਾ ਲਾ ਪੁੱਤ ਬਣਾ ਚਾਹ ਪਾਣੀ ਨਹੀਂ ਭਈ ਪੀਣਾ ਇਹਦਾ ਪਹਿਲੀ ਕਹਿੰਦੀ ਕਾਲੀ ਆ ਪਾਣੀ ਕੀ ਕੰਮ ਦੀਗਾ ਅਸਾਂ ਜਾਣਾ ਭਈ ਮੰਡੀ ਤੇ ਹਿਸਾਬ ਕਿਤਾਬ ਕਰਨਾ ਮੈਂ ਤਾਂ ਸਾਮ ਆ ਮੇਰੀ ਗੱਲ ਸੁਣ ਦੋ ਘੁੱਟਾ ਚਾਹ ਦੀ ਪੀ ਲੈਣੇ ਬੋਲ ਕੇ ਮੇਰਾ ਤਾਂ ਗਲਾ ਜਾ ਪੈ ਗਿਆ ਨਹੀਂ ਨਹੀਂ ਤੂੰ ਆਲੇ ਖੜੀ ਹੋ ਤੂੰ ਬਣੀਆ ਚਾਹ ਦੀ ਕਾਲੀ ਕੋਈ ਨਾ ਮੈਂ ਤਾਂ ਕੀ ਹੋ ਕਰਦਾ ਚੱਲ ਕੋਈ ਨਾ ਫਿਰ ਆ ਮਾਰ ਦੀ ਜਿਹੜਾ ਚੰਗਾ ਫਿਰ ਤੂੰ ਮੈਂ ਇਹ ਭਾਈ ਕੋਈ ਗੱਲ ਨਹੀਂ ਹਾਂ ਗੱਲ ਸੁਣ ਨਾਲੇ ਹੁੰਦਾ ਨਹੀਂ ਆ ਜਾ ਜਾ ਕੋਈ ਨਾ ਤਾਂ ਆਪਾਂ ਹੀ ਕਰਾਵਾਂਗੇ ਕੋਈ ਗੱਲ ਨਹੀਂ ਅੱਜ ਤੇ ਸਾਪਾ ਲਾਂਗੀਆਂ ਸਾਪਾ ਨਹੀਂ ਕੋਈ ਲੋੜ ਨਹੀਂ ਫਿਰ ਮੈਂ ਚੌੜ ਕਰ ਦਿੱਤੀ ਚੱਲ ਚੰਗਾ ਆਪਣੇ ਜਵਾਬ ਤੋਂ ਸੁਣ ਦੱਸਣਾ ਆਪਾਂ ਨੂੰ ਉਹੀ ਹੈ ਚੱਲ ਠੀਕ ਹੈ ਭਾਣੇ ਚੰਗਾ ਕੋਈ ਕੋਈ ਨਹੀਂ ਕੋਈ ਠੀਕ ਹੈ ਚੱਲ ਰੱਖਾ ਕਰ ਤੂੰ ਵੀ ਨਾ ਕੋਈ ਨਹੀਂ ਕੋਈ ਤੂੰ ਤਾਂ ਮੇਰਾ ਜੀ ਗੱਲ ਕਰ ਬੱਦੀ ਚੰਗਾ ਚੰਗਾ ਕੋਈ ਨਾ ਕੋਈ ਚਾਰਾ ਪੈਂ ਤਾਂ ਆਪਦੇ ਕਰ ਨਾ ਇਹਨੂੰ ਸਟਾਰ ਤਾਂ ਕਰ ਲੈ ਪੂਰੀ ਖੜਾ ਬੋਲਦੀ ਜਾਂਦਾ ਮੜ ਜੇ ਗਾਹਾਂ ਕਰ ਲੈ ਕੋਈ ਕਰ ਸਾ ਆ ਕੀ ਦਾ ਬੱਤੇ ਨੂੰ ਪਤਾ ਨਹੀਂ ਨਾ ਮੈਂ ਜੀ ਨਹੀਂ ਕਰ ਸਕਦੀ ਹੈਲੋ ਕੌਣ ਕੈਨੇਡਾ ਅੱਛਾ ਅੱਛਾ ਕੈਨੇਡਾ ਵਾਲੀ ਹੈ ਨੀ ਤੂੰ ਮੈਨੂੰ ਆਏ ਦਾ ਸਸੁਰਲੀ ਜੀ ਹੈ ਤੂੰ ਸਾਡੇ ਨਾਲ ਕੀ ਧੋਖਾ ਜਾ ਕਰਦੀ ਤੀ ਹੈ ਕਿਹੜੀ ਗੱਲ ਮੇਰੀ ਸੁਣ ਲੈ ਗੱਲ ਮੈਂ ਤੂੰ ਮੈਨੂੰ ਭੋਲੀ ਜੀ ਨਾ ਸਮਝੀ ਜੇ ਮੈਂ ਆਪਦੀ ਤੇ ਆ ਗਈ ਨਾ ਬਾਬਰੀਆਂ ਜੇ ਪੱਟ ਕੇ ਤੇਰੇ ਹੱਥ 'ਚ ਫੜਾ ਦੂੰਗੀ ਕਿਹਦੇ ਨਾਲ ਮਿਲਣਾ ਆਹੋ ਬਣੀਆਂ ਸੁੱਖ ਦੀ ਨਾਲੇ ਹੋਰ ਬਹਿ ਕੇ ਗੱਲ ਹੁਣ ਕੀ ਕਰਨੀ ਇਹਦਾ ਤੈਨੂੰ ਤਾਂ ਸਿਰਫ ਪੈਸਿਆਂ ਤੱਕ ਮਤਲਬ ਹੈ ਤੈਂ ਕਿਸੇ ਤੋਂ ਕੀ ਲੈਣਾ ਅੱਛਾ ਅੱਛਾ ਮੇਰੇ ਨਾਲ ਹੈ ਕਿੰਨੇ ਪੈਸੇ ਅੱਛਾ ਪੈਸੇ ਹੈ ਚੱਲ ਠੀਕ ਹੈ ਚੱਲ ਮੇਰੀ ਗੱਲ ਸੁਣ ਕੋਈ ਨਾ ਮਾਉਂਗੀ ਫਿਰ ਹੈ ਆ ਕੇ ਗੱਲ ਕਰਦੀ ਤੇਰੇ ਨਾਲ ਚੱਲ ਹੋਰ ਲਵੇ ਨਾ ਗੱਲ ਕਰੀ ਕਿਸੇ ਲਵੇ ਚੰਗਾ ਠੀਕ ਹੈ ਚੰਗਾ ਚੰਗਾ ਠੀਕ ਹੈ ਚੰਗਾ ਲੈ ਆ ਤਾਂ ਕਹਾਣੀ ਜਮੀ ਸੂਤ ਆ ਕੀ ਓਏ ਆ ਜਾ ਹੁਣ ਕਿੱਥੇ ਕੁਰਮੁਰ ਕਰੀ ਜਾਏਂਗੀ ਬੇ ਆਉਣੀ ਆ ਖੜਕਾ ਜਾ ਗੱਲ ਤਾਂ ਪੂਰੀ ਕਰ ਲੈਣ ਦੇ ਵਿੱਚ ਬੋਲੀ ਜਾਂਦਾ ਪਤਾ ਨਹੀਂ ਕੀ ਭਾੜੇ ਮੂੰਹ ਵਾਲਾ ਭੂਆ ਕਹਿੰਦੀ ਸੀ ਨਾ ਸ਼ਾਮ ਕਹਿੰਦੀ ਆਪਾਂ ਅੱਧੋ ਅੱਧੀ ਕਰ ਲਾਂਗੇ ਹੋਰਾਂ ਨੀ ਅੱਧ ਅੱਧ ਕਰਦੀ ਮੈਂ ਤਾਂ ਸਿਆਣੇ ਦੀ ਪੂਰੀ ਪਵਾਉਂਗੀ ਤੈਨੂੰ ਕੁਛ ਪਵੇ ਚਾਹੇ ਨਾ ਪਵੇ ਬੜੀ ਚਲਾਕ ਹੁੰਦੀ ਆਪਦੇ ਆਪ ਨੂੰ ਇਹਨੂੰ ਤਾਂ ਵੀ ਮਾਸੀ ਨੂੰ ਕਿਹੜਾ ਕਿਸੇ ਚੀਜ਼ ਦਾ ਪਤਾ ਹੈ ਐਂ ਪਤਾ ਨਹੀਂ ਹੈਗਾ ਵੀ ਮਾਸੀ ਤਾਂ ਨਾ ਸੱਤ ਪੱਤਣਾਂ ਦੀ ਤਾਰੂ ਹੈ ਤੂੰ ਕਿਹੜੇ ਬਾਗ ਦੀ ਮੂਲੀ ਹੈ ਚੰਗਾ ਫਿਰ ਚਾਹ ਤਾਂ ਕਰ ਲਿਆ ਹੁਣ ਮਾੜੀ ਮੋਟੀ ਅੱਛਾ ਮੈਂ ਚਾਹ ਕਰਕੇ ਪਿਆਵਾਂ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਉੱਥੇ ਬੋਲਦੀ ਨਾ ਮੇਰਾ ਗਲਾ ਦੁਖਣ ਲੱਗ ਗਿਆ ਭਾ ਜਾ ਮੈਂ ਤੋ ਕਾਫੀ ਤੂੰ ਲਿਆ ਕੇ ਦੇ ਘਰ ਵੀ ਚਾਹ ਬਣਾ ਲਈਗਾ ਚੰਗਾ ਤੂੰ ਪੈ ਜਾ ਮੇਰਾ ਚਾਹ ਉੱਥੇ ਪੀ ਲੂੰਗਾ ਤੇ ਮੈਂ ਸੁਣਾ ਜਾਣਾ ਮੈਂ ਮੰਡੀ ਤੇ ਉੱਠ ਚਾਹ ਦੀ ਕਰਕੇ ਮੈਨੂੰ ਤਾਂ ਪੈ ਜਾ ਪੀ ਨਹੀਂ ਹੁਣ ਪੀ ਨਹੀਂ ਹੁਣ ਨਾਲੇ ਹੋਰ ਕਰੂਗੀ ਮੈਨੂੰ ਭਾ ਦਾ ਪੁੱਪਣਾ ਆਈ ਕਹਿੰਦਾ ਵੀ ਸਾਰਾ ਦਿਨ ਕਦੇ ਰੋਟੀ ਵੀ ਮੇਰੇ ਮੂੰਹ 'ਚ ਪਾਵੇ ਚਾਹ ਵੀ ਮੈਨੂੰ ਕਰਕੇ ਦੇਵੇ ਕਮਾਲ ਕਰਦਾ ਜਿਵੇਂ ਸਿਰੋ ਸਿਰ ਨਹੀਂ ਚੜਦਾ ਜਦਾ ਵੀ ਤੇਰਾ ਦੱਸ ਕਿ ਮੈਂ ਚਾਰ ਪਾਉਣਾ ਚਾਹ ਦੀ ਘੁੱਟਣੀ ਬਣਾ ਕੇ ਦੇ ਸਕਦਾ ਸਤਿ ਸ਼੍ਰੀ ਅਕਾਲ ਮਾਸੀ ਜੀ ਉਰਾ ਜਾ ਉਰਾ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਨਾ ਸਿਰਖਿੰਡੀ ਜੀ ਤੂੰ ਕੀ ਚੰਦ ਚਾੜ ਰੱਖਿਆ ਇਹ ਨਾ ਮੈਂ ਕੀ ਚੰਦ ਚਾੜਦਾ ਮੈਂ ਤਾਂ ਕਦੋਂ ਭੱਜ ਭੱਜ ਪੈਣੀ ਆ ਨਾ ਹੋਰ ਕੀ ਦੇ ਪਾਵਾਂ ਭੱਜ ਭੱਜ ਤੂੰ ਸਾਨੂੰ ਜਮੀ ਖੁੰਝੇ ਲਾਤਾ ਤੂੰ ਤਾਂ ਠੱਗੀਆਂ ਟੋਰੀਆਂ ਮਾਰਦੀ ਫਿਰਦੀ ਐ ਮੈਂ ਮੇਰੀ ਗੱਲ ਸੁਣ ਠੱਗੀ ਟੋਰੀ ਦੀ ਗੱਲ ਸੁਣ ਲਓ ਠੱਗੀ ਟੋਰੀ ਵਾਲੀ ਗੱਲ ਮੈਂ ਪਹਿਲੀ ਸੁੱਖ ਨੂੰ ਦੱਸ ਚੁੱਕੀ ਆਂਗੀ ਮੈਂ ਤਾਂ ਵਿਆਹ ਸੁੱਖ ਨਾਲ ਹੀ ਕਰਾਉਣਾਗਾ ਉਹ ਨਾਲੇ ਭੂਆ ਨੂੰ ਨੱਥ ਪਾ ਲਓ ਆਪਦੀ ਨੂੰ ਅੱਛਾ ਭੂਆ ਨੂੰ ਨੱਥ ਪਾ ਲਓ ਭੂਆ ਆ ਕੇ ਮੇਰੇ ਸਿਰ ਤੇ ਚੜ ਗਈ ਕਿਹੜੀ ਤੂੰ ਠੱਗੀਆਂ ਮਰਾਉਣੀ ਆ ਸ਼ਰਮ ਕਰ ਲੈਂਦੀ ਮਾੜੀ ਮੋਟੀ ਮੇਰੇ ਨਾਲ ਤਾਂ ਸੋਚ ਲੈਂਦੀ ਵੀ ਕੀ ਗੱਲ ਕਰਕੇ ਗਈ ਜੀ ਤੂੰ ਦੇਖੋ ਮਾਸੀ ਜੀ ਸਾਡਾ ਕੰਮ ਤਾਂ ਹੈਗਾ ਵੈਸੇ ਠੱਗੀਆਂ ਟੋਰੀਆਂ ਵਾਲਾ ਪਰ ਮੈਂ ਸੁੱਖ ਨਾਲ ਵਿਆਹ ਕਰਾਉਣਾ ਹੈਗਾ ਤੁਸੀਂ ਦੱਸੋ ਆਪਣੀ ਫੀਸ ਤਾਂ ਤੁਹਾਨੂੰ ਦੇ ਦੇਵੀ ਜਿੰਨੀ ਮਰਜ਼ੀ ਦੇਖੀ ਇੱਕ ਤਾਂ ਜਦੋਂ ਤੂੰ ਮੇਰੀ ਬਾਹਾਂ ਨਹੀਂ ਦੱਬ ਨਹੀਂ ਸੱਚੀ ਦੱਸਾਂ ਆਰਾਮ ਜਾਉਣ ਲੱਗ ਗਿਆ ਹਨਾ ਇੰਨਾ ਪਾਪਣਾ ਚੜਾ ਚੱਲ ਕੋਈ ਨਾ ਫਿਰ ਵੀ ਤੂੰ ਕੰਨੇ ਆ ਮੈਂ ਤਾਂ ਕਰਕੇ ਚੁੱਪ ਕਰਦੀ ਸੀ ਮਾਸੀ ਜੀ ਮੇਰੀ ਗੱਲ ਸੁਣੋ ਹੁਣ ਮੈਂ ਜਿੰਨੇ ਕਹੋ ਤੁਸੀਂ ਕਹੋ ਮੈਂ ਉਹਨੇ ਪੈਸੇ ਦੇ ਦੂੰਗੀ ਪਰ ਮੇਰਾ ਸੁੱਖ ਨਾਲ ਵਿਆਹ ਕਰਾ ਦੇ ਪੈਸਿਆਂ ਦੀ ਗੱਲ ਨਹੀਂ ਹੈਗੀ ਦੇਖੋ ਸੁੱਖ ਸਾਡੇ ਕੱਲਾ ਕੱਲਾ ਮੁੰਡਾ ਹੈ ਹਨਾ ਹੈਗਾ ਤਾਂ ਚੱਲ ਮੇਰਾ ਭਾਣਜਾ ਪਰ ਮੈਨੂੰ ਆਪਦੇ ਪੁੱਤ ਤੋਂ ਘੱਟ ਨਹੀਂ ਕਦੇ ਸਮਝਿਆ ਹੈਗਾ ਸਾਨੂੰ ਤੂੰ ਕੋਈ ਹੋਰ ਕਾਢ ਕਰ ਦੇਂਗੀ ਉਹਦੇ ਨਾਲ ਅਸੀਂ ਤਾਂ ਕਿੱਥੇ ਜਾਵਾਂਗੇ ਜੇ ਮੈਂ ਕਾਢ ਹੀ ਕਰਨਾ ਹੁੰਦਾ ਨਾ ਤਾਂ ਉਹਦੇ ਭਰਾ ਦੀ ਗੱਲ ਮੰਨਦੀ ਮੈਂ ਸੁੱਖ ਨੂੰ ਸਾਰੀ ਸੱਚਾਈ ਨਾਲ ਦੱਸਦੀ ਉਹ ਮੈਂ ਮਰ ਜਾ ਤੇਰਾ ਭੜਾ ਹੋ ਨਹੀਂ ਬੂਹਾ ਦੰਦਲ ਜਾ ਬੋਲਣਾ ਤਾਂ ਹੋਂਦਾ ਨਹੀਂ ਹੈਗਾ ਐਂ ਠੱਗੀਆਂ ਮਾਰਦਾ ਹੋ ਮੈਂ ਠੱਗੀ ਮਾਰਨ ਨਹੀਂ ਆਈ ਹੈਗੀ ਮੈਂ ਤਾਂ ਸੱਚੀ ਪਿਆਰ ਕਰਨ ਲੱਗੀ ਸੁੱਖ ਨੂੰ ਹੁਣ ਤੁਸੀਂ ਮੇਰਾ ਵਿਆਹ ਕਰਾਓ ਜਿਵੇਂ ਮਰਜ਼ੀ ਮੈਨੂੰ ਨਹੀਂ ਪਤਾ ਨਾਲੇ ਗੱਲ ਸੁਣੋ ਮੈਂ ਤਾਂ ਤੁਹਾਡੀ ਭੂਆ ਦੀ ਪਿੱਠ ਲਾਉਣੀ ਹੈ ਗੱਲ ਤਾਂ ਇੱਥੇ ਅੜਦੀ ਆ ਬਸ ਤੁਹਾਨੂੰ ਬਹੁਤ ਪੁੱਠਾ ਸਿੱਧਾ ਬੋਲੀ ਹੈਗੀ ਮੈਂ ਤਾਂ ਉਹਨਾਂ ਨੂੰ ਹੜਦੀ ਨਹੀਂ ਹੈਗੀ ਮੈਂ ਤਾਂ ਵਿਆਹ ਕਰਾਉਂ ਤਾਂ ਸੁੱਖ ਨਾਲ ਕਰਾਉਂਗੀ ਉਹ ਕਹਿੰਦੀ ਮੈਂ ਰਿਸ਼ਤਾ ਕਰਾਉਂਗੀ ਮੈਂ ਕਿਹਾ ਮੈਂ ਬਹੁਤ ਨਹੀਂ ਦਿੰਦੀ ਨਹੀਂ ਭੂਆ ਦੀ ਗੱਲ ਕੀ ਤੈਨੂੰ ਦੱਸਾਂ ਹੈਗੀ ਤਾਂ ਪੂਰੀ ਕਪੱਤੀ ਆ ਉਹ ਮੇਰੇ ਤੇ ਤਾਂ ਐਂ ਲੱਗਦੀ ਜਿਵੇਂ ਟੱਕ ਤੇ ਨੂਨ ਨਹੀਂ ਲੱਗਦਾ ਹੁੰਦਾ ਐਂ ਲੱਗਦੀ ਐ ਨਾ ਪੁੱਤੀ ਪਰ ਕਰਾਂ ਕੀ ਮੇਰੀ ਘਰੇ ਚੱਲਣ ਨਹੀਂ ਦਿੰਦੀ ਉਹ ਮੇਰੀ ਭੈਣ ਵੀ ਥੋੜਾ ਥੋੜਾ ਸਾਥ ਉਹਦਾ ਦੇਣ ਲੱਗਦੇ ਨੇ ਇੱਕ ਸੁੱਖ ਭੂਆ ਦੇ ਮੰਗਰ ਲੱਗਦਾ ਬਸ ਮਾਸੀ ਜੀ ਉਸੇ ਭੂਆ ਦੀ ਚੀਕਾਂ ਕਢਾਉਣੀਆਂ ਨੇ ਮੇਰਾ ਸਾਥ ਦਿਓ ਤੁਸੀਂ ਆਪਾਂ ਦੋਨੇ ਰਲ ਕੇ
चक ली बंदे फ्रॉड थी पैसे लेके भजन आने मरचा अच्छा चक्कर ना मन तो पूआ दी पिट तां लग गई समझ लै हां हां हैगा बंदा मेरे कोले पक्का बंदा मां टेंशन ना लै बस ठीक है मैं कर दिना हल होर केड़ा रिश्ता बंदा ता पक्का है मेरे कोले बस थोड़ा जिहा लालच करदा ओह पैसे भालदा है पैसे नहीं की परवाह है दे दांगे पैसे नहीं कोई गल नहीं हैगी मांगदा 2.5 लाख रुपया इन्ने पैसे लै इन्ने नु की है हुण काम भी पक्का हो जू फिर मासी अपना बे चल कोई ना मेरी गल सुन जेड़ा कुछ मर्जी करना पै जाए पर भूआ दी ना अपने पिट लवाउणी है रिश्ता नहीं भूआ नु करवाउण देना सुख दा जे कुछ मर्जी हो जाए हां हां ठीक है हां हां देख ले तू रिश्ता बजया देख ले चंगा हां ठीक है चंगा बे कोई चज दी खबर भी दे दिया कर चल ठीक है चंगा ठीक है मासी ओके ले भी रिश्ता दा चाहे होवे चाहे ना होवे अपने तो पैसे पक्के ने आपां तां लैके आपदे पैसे लैके सहेली नूं नाल शिमले नूं लंघ जांगे ले देख ले ओदे चंगी भली मेरे लवे आके गई आ कि मैं टुप टुप गल्लां मार दी ਹਾਨੀ ਕੁਛ ਮਰਜ਼ੀ ਹੋ ਜੇ ਮੈਂ ਤਾਂ ਸੁੱਖ ਨਾਲ ਵਿਆਹ ਕਰਾ ਕੇ ਹਟੂੰਗੀ ਨਾ ਮੈਨੂੰ ਪੈਸੇ ਦੀ ਭੁੱਖ ਆ ਤਾਂ ਮੇਰਾ ਭਾਈ ਕਹਿੰਦੀ ਕਰਦਾ ਹੇਰਾ ਫੇਰੀਆਂ ਜੀਆਂ ਜੇ ਮੈਨੂੰ ਕਿਤੇ ਉਦਨੀ ਪਤਾ ਲੱਗ ਜਾਂਦਾ ਨਾ ਫੜ ਕੇ ਉਹਦੇ ਜੁੰਡੇ ਜੇ ਖੰਡਿਆ ਦਿੰਦੀ ਮੇਰੀ ਸੌਪਣ ਦੇ ਪਰ ਇੰਨਾ ਕੁ ਯਕੀਨ ਤਾਂ ਮੈਨੂੰ ਜਗਤਾਰ ਤੇ ਵੀ ਹੈਗਾ ਵੀ ਰਿਸ਼ਤਾ ਤਾਂ ਉਹ ਕਰਾ ਕੇ ਹਟੂਗਾ ਆ ਭੂਆ ਦੀ ਪਿੱਠ ਤਾਂ ਨਾ ਮੈਂ ਲਵਾ ਕੇ ਹਟੂੰਗੀ ਜੇ ਕੁਛ ਮਰਜ਼ੀ ਕਰਨਾ ਪੈ ਜੇ ਮੈਨੂੰ ਯਾਹੋ ਜੈਲਾ ਲੈ ਕੀ ਹਾਲ ਹੈ ਜੈਲਾ बिजनेस ते शोरूम ते इधर लड़े ते जलूर आले ते शोरूम खोले पा कपड़े दा ते करी तू कपड़े कपड़े लेने हो फिर कर ਕਾਇ ਵੀ ਨਹੀਂ ਲੱਗਦਾ ਕਿ ਆਹ ਗੱਲ ਚੱਲ ਮੈਂ ਫੇਰ ਕਰਦਾ ਗਾ ਤੇ ਯੋ ਜੋ ਲੈ ਯੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਯਾ ਵਧੀਆ ਕਿੰਨੇ ਕੁ ਕੰਮ ਕਰੋਗੇ ਹੋਰਾ ਕਿਵੇਂ ਕੋਈ ਕੰਮ ਜੇ ਕੰਮ ਕਿਵੇਂ ਕੰਮ ਉਠਾਈਏ ਨਾ ਕੋਈ ਬਾਤ ਉਠਾਈਏ ਨਾ ਯਾ ਨਾ ਯਾ ਸ਼ੇਰੂ ਬੋਲਦਾ ਅੱਛਾ ਸ਼ੇਰੂ गल सुन अर्ज सिया
मेरी गल सुन ले तत्ता ना हो मैं बागल आली बारे भी जानना बागल आली बागल आली भेड़ा वर्गी मेरी गुरी मेरी भेड़ा वर्गी रखड़ी बन दी मेरे कहना की जान मैं नहीं दस दा मेरा एक काम कर दे तू कब कर दी तेरा तेरा काम जेड़ी बर्जी जाटक ले जा शहरिया जाटका तेरिया जापानी भी है चाइनीज भी है इंडियन भी है यूएसए भी है मेरे चले दी जेड़ी कहेगा वो दे दूंगा कि ब्याह करनी है तेरी जाट ते ला दिया पिपल गुआर तक गल करोड़ी जाटका तो मैं ले जू काम कोई होर है मासी करा जेड़ा मासी रिश्ता कराउंदी जी हुण बंदे फराड़ दे निकल गए पता नहीं तू दस मई पाई तू दी सारे पछाद दी जड़ा ये ठीक है मेरे चढ़ता भाई हुई किसी होर गाला कटी गया अच्छा मेरी गल तो सुन ले ये गल हुन अपने दोनों च रहनी चाहिए है या हो बात किसे भी दाता भाई हेलो वह बात अभी जैसे थी ये ओ जेड़े सुख दी पूरा दा मुड्डे दा फ्रॉड जारी होया थी ओ मुड्डा पहले भी खड़ा हो तो ओदे नाल गल अच्छा कहो ना दच्छी किसे नु छग्गा प्राइवेट कटता कटता कट मेरी गल छोड़ो गुप्त गुप्त थाने करी दी होंगे आ जा आप पिछे गदाम जाके गल कर गदाम है तेरा जाओ फफड़ा तू ना सारी उम्र गंद का खेड़ा छड़ी मेरी गल छोड़ा पता की चक्कर है तेलू ए चीजा दा नहीं पता यह गुप्त था है ठीक है कपड़े कुपड़े तरजर गदया कोई आता नहीं तेरा करके हम दस तू बारिया गल बार बेलो फिर चल दा टाइम है नहीं टाइम खराब करी देखा मेरी गल सुन देख कम ते बथेरे कर ले बी कम कर ले किसी चो कमाई हुई है तेन मतलब तेरे गुरी सुख का रिश्ता करा रही है रिश्ता नहीं अपने हो मतलब बाय अपने प्यार धोखा करा तेनू की लगता है पैसे पिछे बाय अपने प्यार धोखा कर दू फिर देख ला तेरी मर्जी है पैसा पैसे चाहिए तेन चल कर देंगे यार पैसा तो पैसा ठीक है प्यार प्यूर तो ओदी रहता कोई रिश्ता नहीं आपा ने होने देना आपा ने गुरी दी पिट लाउनी है आहो रिश्ता मतलब के मासी करावे मासी वाला रिश्ता लावांगे आपां विच देख क्या बता हो जाऊगा ये बाय ना फिर प्यार च धोखा देना मेरे ख्याल का पैसा थोड़ा ज्यादा दे रखूगा फिर थोड़ी दिते जा रहे ऐसे पैसे कितने दे देगा तू रिश्क कोई रिस्क नहीं है वो रिश्ता रोकना जिम्मे मर्जी रोक बस ठीक है बेरी बेरी डिगा कुड़ी होर है ठीक है फिर आप रिश्ता कराने मेरी गल सुन
ਰੁਪਈਆ ਤੇਰਾ 2500 ਤੋਂ 3000 ਪੱਕਾ ਬਾਈ ਬਾਈ ਚੱਕ ਤੂੰ ਬਾਹਰ ਜਰੂਰੀ ਵਿਆਹ ਦੀ ਗੱਲ ਹੈ ਤੂੰ ਜਵੀਰ ਸੋਚਵਾਨੇ ਯਾਰ ਵੇ ਮੇਰੇ ਸਿਰ ਤੇ ਛੱਡ ਦੇ ਸਾਰਾ ਕੁਝ ਬਾਈ ਆਪੀ ਦੇਖ ਲੂ ਗੱਲ ਆ ਯਾਰ ਮੇਰੇ ਛੱਡ ਦਾ ਗੁਰੀ ਤੂੰ ਅੱਖਾਂ ਦੇ ਨੂੰ ਜੀ ਧਾਰੀ ਕਰਦਾ ਪਰ ਮੇਰੇ ਜਲਦੀ ਬੋਲਦੀ ਪਤਾ ਕਿਵੇਂ ਆਕੜਾ ਕੜਕੇ ਯਾ ਹੋਏ ਫੇ ਬਈ ਵੀ ਬਦਲਾ ਲੈ ਲੂਗਾ ਯਾਰ ਦੀ ਗੱਲ ਕਰਉਣੀ ਹੈ ਜੀ ਮੈਂ ਕੰਮ ਹੁਣ ਪੱਕਾ ਸਮਝਾਂ ਵਾਹ ਤੂੰ 6% ਸਮਝ ਮੇਰੀ ਗੱਲ ਪੱਥਰ ਤੇ ਲਕੀਰ ਹੈ ਬਾ 2500 ਚ ਡੀਲ ਹੋ ਗਈ ਆਪਣੀ ਬਾ ਮੇਰੀ ਗੱਲ ਸੁਣ ਲੈ ਕਿੰਨੇ ਹਜ਼ਾਰ ਤੇ ਗੱਲ ਹੋਈ ਸੀ ਪੂਰਾ 3000 ਲਊਗਾ ਮੈਂ ਚੱਲ ਠੀਕ ਹੈ ਸਲਵਾਰ ਖਾਣ ਸਲਵਾਰ ਖਾਣ ਨਹੀਂ ਨਹੀਂ ਉਹ ਤਾਂ ਵੱਡਾ ਸੀਗਾ ਉਹ ਤਾਂ ਆਪਣਾ ਗੁਰੀ ਨਾਲ ਤੈਨੂੰ ਪਤਾ ਮੇਰੀ ਗੱਲਬਾਤ ਹੈ ਕਹਿੰਦਾ ਉਹਨੂੰ ਧੋਖਾ ਦੇ ਦੇ ਕਹਿੰਦਾ ਇਹ ਰਿਸ਼ਤਾ ਜਾ ਕਹਿੰਦਾ ਕਰਵਾਉਣਾ ਤੜਵਾਉਣਾ ਹੈਗਾ ਤੇ ਗਾਹ ਨਾ ਗੱਲ ਕਰੀ ਕਿਛ ਲਵੇ ਆਪਣੀ ਆਦਤ ਹੈ ਮੈਂ ਨੀ ਕਿਸੇ ਨੂੰ ਗਾਹ ਗੱਲ ਦੱਸਦਾ ਹੁੰਦਾ ਅੱਛਾ ਹਾਂ ਕੀ ਹੋ ਗਿਆ ਪੈਟ ਢਿੱਲੀ ਹੋ ਗਈ ਫਿਰ ਚੱਲ ਢਿੱਲੀ ਹੋਊਗੀ ਇਹ ਸ਼ਰੇ ਦੇ ਤੇ ਹੁੜ ਦਵਾਗ ਦਵਾਗ ਕਰੀਏ ਨਾ ਫਿਰ ਚੱਲ ਦੀ ਪੈਟ ਢਿੱਲੀ ਹੋਊਗੀ ਇੱਥੇ ਕੋਈ ਨਾ ਬੈ ਲਵੀ ਤੋੜ ਦੂ ਬੈ ਪੂਮਾ ਦੀ ਦੇ ਪੂਮਾ ਦੀ ਦੇ ਯਾ ਚਾਹ ਮੈਂ ਫੇਰ ਕਰਦਾ ਬੜਾ ਬਿਜ਼ਨਸ ਤੇ ਦਿਵਾ ਬਹੁਤ ਬਹੁਤ ਚੰਗਾ ਚੰਗਾ ਯਾ ਬਦਾ ਅੱਛਾ 10 ਬੰਦਿਆਂ ਦਾ ਫੋਨ ਆਇਆ ਫੁੱਫੜਾ ਤੇਰੇ ਕੋਲ 10 ਨੂੰ ਦੱਸਤਾ ਸੀ ਵੇਰੀ ਗੱਲ ਪ੍ਰਾਈਵੇਟ ਕੱਲਾ ਰੇ ਪ੍ਰਾਈਵੇਟ ਬੰਦਿਆਂ ਨੂੰ ਦੱਸਿਆ ਰਵਾ ਉਹ ਵੀ ਬਾ ਹੁਣ ਪੱਕਾ ਹੋ ਗਿਆ ਤੈਨੂੰ ਯਾ ਪੱਕਾ ਤੂੰ ਬਸ ਕੰਮ ਪੂਰਾ ਹੋ ਜੂ ਨਾ ਪੱਕਾ ਯਾ ਹੋ ਤੇ ਰੁਕ ਦੱਸਤਾ ਜਦੋਂ ਮੈਂ ਚੱਲ ਠੀਕ ਹੈ ਫਿਰ ਚੰਗਾ ਚੱਲ ਚੰਗਾ ਮੇਰੀ ਨਿਗਾਹ ਚ ਹੈਗੀ ਆ ਕੁੜੀ ਜਵੀਰਾ ਛੋਚ ਬੰਨ ਚੱਲ ਚੰਗਾ 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 ਚੱਲ ਭਾਗ ਜਾ ਫਿਰ ਤੂੰ ਮੇਰੀ ਗੱਲ ਸੁਣ ਭੈਣੇ ਹਾਂ ਤੈਨੂੰ ਇੱਥੇ ਬੁਲਾਉਣ ਦੀ ਮੈਨੂੰ ਕੀ ਲੋੜ ਸੀ ਮੈਂ ਵੀਰੇ ਮੈਂ ਘਰੇ ਆ ਜਾਂਦੀ ਤੂੰ ਘਰੇ ਕਿਵੇਂ ਆਉਂਦੀ ਉਹ ਜਿਹੜੀ ਘਰੇ ਚੜੇਲ ਬਿਠਾ ਰੱਖਿਆ ਤੇ ਤਾਂ ਸੁੱਖ ਦੁੱਖ ਦੀ ਵੀ ਚੋਰੀ ਕਰਨ ਵਾਲਾ ਕੰਮ ਕਰਖਿਆ ਉਹ ਵੀ ਤੇਰੇ ਨਾਲ ਕਰ ਸਕਦੀ ਜਦੋਂ ਜਾਨੀ ਆ ਅੱਗੇ ਹਿਣਕਦੀ ਆ ਜਦੋਂ ਜਾਨੀ ਆ ਅੱਗੇ ਹਿਣਕਦੀ ਆ ਨਹੀਂ ਉਹਦੇ ਬਿਨਾ ਵੀ ਸਰਦਾ ਨਹੀਂ ਤੈਨੂੰ ਪਤਾ ਘਰ ਜਿੱਤੀ ਆ ਮੈਂ ਕਿਵੇਂ ਉਹਨੂੰ ਉਰਾ ਪਰਾਂ ਕਰਦਿਆਂ ਮੈਂ ਵੀ ਰੋਟੀ ਖਾਣੀ ਆ ਉਸ ਘਰ 'ਚ ਉਹ ਤਾਂ ਮੈਨੂੰ ਵੀ ਪਤਾ ਹੁਣ ਵਿਆਹ ਤੇ ਵਰਦੀ ਵਿਆਹ ਮਗਰੋਂ ਤਾਂ ਧੀਆਂ ਭੈਣਾਂ ਕੇ ਸੁੱਖ ਦੁੱਖ 'ਚ ਆਉਂਦੀਆਂ ਸੋਹਣੀਆਂ ਲੱਗਦੀਆਂ ਤਿਆਰ ਵਿਆਹ ਨੂੰ ਆਉਂਦੀਆਂ ਸੋਹਣੀਆਂ ਨਾ ਉਹਦੇ ਨਾਲ ਰੋਜ਼ ਦੀ ਡੇਰਾ ਲਾ ਰੱਖਿਆ ਨਹੀਂ ਜਮੀ ਸ਼ਰਮ ਲਾ ਰੱਖੀ ਆ ਚੱਲ ਕੋਈ ਨਹੀਂ ਹੁਣ ਮੈਂ ਕੀ ਕਹਾਂ ਤੈਨੂੰ ਪਤਾ ਹੈ ਮੇਰੀ ਕਿਹੜਾ ਭੁੱਖ ਦੀ ਟੱਪਦੀ ਹੈ ਮੈਂ ਸੁੱਖ ਮੇਰੀ ਚੱਲਣ ਨਹੀਂ ਦਿੰਦਾ ਸਭ ਚੱਲਦੀ ਹੈ ਇਹ ਤਾਂ ਤੂੰ ਡਰਾਮੇ ਕਰਦੀ ਹੈ ਨਾਲੇ ਜਿੱਦੇ ਉਹਨੇ ਨਾ ਗੁੱਤਨੀ ਫੜ ਕੇ ਤੈਨੂੰ ਬਾਹਰ ਕੱਢਤਾ ਤੈਨੂੰ ਅੱਧੇ ਪਤਾ ਲੱਗੂ ਹੁਣ ਤਾਂ ਤੂੰ ਮੇਰੀਆਂ ਸੁਣਦੀ ਹੈ ਚੱਲ ਸਾਰੀਆਂ ਗੱਲਾਂ ਛੱਡ ਮੇਰੇ ਤਾਂ ਚਾਹ ਵੀ ਠੰਡੀ ਕਰਾਤੀ ਹੋਰ ਹੀ ਗੱਲਾਂ 'ਚ ਲੈ ਕੇ ਬਹਿ ਗਈ ਮੈਂ ਤਾਂ ਤੈਨੂੰ ਐਂ ਕਹਿ ਦਿੱਤੀ ਕੋਈ ਸੁਣ ਵੀ ਨਾ ਲਵੇ ਇੱਕ ਤਾਂ ਪੰਤਾਂ ਦੇ ਵੀ ਜੈ ਖਣੇ ਦੇ ਕੰਨ ਹੁੰਦੇ ਨੇ ਜਿਹੜੇ ਬਾਹਰਲੀ ਕੁੜੀ ਦਾ ਰਿਸ਼ਤਾ ਨਹੀਂ ਦੇਖਿਆ ਤੂੰ ਸੁੱਖ ਵਾਸਤੇ ਉਹ ਤਾਂ ਕਹਿੰਦੇ ਫਰੋਡ ਨਿਕਲੀ ਉਹ ਤਾਂ ਪੁਲਿਸ ਵਾਲੇ ਲੈ ਕੇ ਚੱਕ ਕੇ ਲੈ ਮੈਂ ਮਰ ਜਾਵਾਂ ਚੱਲ ਫਿਰ ਹੁਣ ਮੇਰੀ ਗੱਲ ਸੁਣ ਲੈ ਰਿਸ਼ਤਾ ਤਾਂ ਲੈਣਾ ਹੀ ਪਊਗਾ ਆਪਾਂ ਦੇਖ ਕੇ ਲੈ ਲਾਂਗੇ ਉਹ ਵੀ ਕਹਿੰਦੀ ਆ ਮੈਂ ਕਰਾ ਦੂੰਗੀ ਹੁਣ ਮੈਂ ਕਿਹਦੀ ਸੁਣਾ ਨਾ ਮੇਰੀ ਗੱਲ ਸੁਣ ਲੈ ਦੇਖ ਚਾਹੇ ਅੱਜ ਲਿਖਿਆ ਲੈ ਚਾਹੇ ਲਿਖਿਆ ਲੈ ਕੱਲ ਨੂੰ ਭੂਆ ਦੇ ਇੱਥੋਂ ਤਾਂ ਮੇਰਾ ਰਿਸ਼ਤਾ ਹੋਣ ਹੀ ਨਹੀਂ ਰਿਸ਼ਤਾ ਤਾਂ ਮੈਂ ਹੀ ਕਰਾਂਗੀ ਮੈਨੂੰ ਚਾਹੇ ਕੁਛ ਮਰਜ਼ੀ ਕਰਨਾ ਪੈ ਜੇ ਕੁੜੀ ਵਧੀਆ ਹੈ ਆਪਾਂ ਕਰ ਲਾਂਗੇ ਨਾਲ ਮੈਂ ਸੁੱਖ ਨੂੰ ਮਨਾ ਲੂੰਗੀ ਹੌਲੀ ਹੌਲੀ ਤੈਨੂੰ ਪਤਾ ਉਹ ਵੀ ਆਪਦੀ ਭੂਆ ਦੀ ਵੱਧ ਸੁਣਦਾ ਹੈ ਸੁੱਖ ਨੂੰ ਤਾਂ ਕਾਨੂੰ ਮੋਹ ਆਉਂਦਾ ਮੈਨੂੰ ਲੱਗਦਾ ਤੈਨੂੰ ਭੂਆ ਦਾ ਜ਼ਿਆਦਾ ਹੇਜ ਆਉਂਦਾ ਤੂੰ ਹੀ ਜ਼ਿਆਦਾ ਹੇਜ ਵੀ ਉਹਨੂੰ ਨਹੀਂ ਉਹ ਤੂੰ ਉਦੋਂ ਹੱਡ ਤੇ ਮਾਰਦੀਆਂ ਮੈਂ ਕਿਹਦੀ ਸੁਣਾ 10 ਮਿੰਟ ਤਾਂ ਤੁਸੀਂ ਸਾਰੀ ਮਗਰ ਪਾਈ ਜਾਂਦੇ ਹੋ ਹੈ ਉਹਦੀ ਵੀ ਭੁੱਗ ਥੱਪ ਚਾਹੀ ਨਹੀਂ ਆ ਘਰ 'ਚ ਹੁਣ ਭੁੱਗ ਥੱਪ ਤਾਂ ਚਾਹੀਦੀ ਹੈ ਜ਼ਰੂਰੀ ਹੈ ਐਂ ਨਹੀਂ ਹੈਗਾ ਵੀ ਫਿਰ ਹਰ ਇੱਕ ਮਸਲੇ 'ਚ ਲੱਤ ਆ ਕੇ ਉਹ ਆਪ ਫਸਾਉਂਦੀ ਹੈ ਤੂੰ ਮਾੜਾ ਮੋਟਾ ਤਾਂ ਰੋਕ ਟੋਕ ਕਰ ਸਕਦੀ ਹੈ ਵੀ ਭਾਈ ਮੇਰੇ ਮੁੰਡੇ ਦਾ ਰਿਸ਼ਤਾ ਲੈਣਾ ਮੇਰੇ ਮੁੰਡੇ ਦੀ ਸਹਿਮਤੀ ਉਹ ਮੇਰੀ ਸਹਿਮਤੀ ਤੂੰ ਤਾਂ ਸਾਰਾ ਕੁਝ ਉਹਦੇ ਛਿੱਟ ਰੱਖਿਆ ਚੱਲ ਕੋਈ ਨਹੀਂ ਮੈਂ ਉਹਨੂੰ ਕਹਿ ਦੂੰਗੀ ਦੇਖ ਪਹਿਲਾਂ ਤਾਂ ਉਹਨੂੰ ਟੋਕੂੰਗੀ ਜੇ ਤਾਂ ਉਹ ਮੰਨੀ ਮੰਨੀ ਮੈਨੂੰ ਪਤਾ ਹੈ ਉਹ ਤਾਂ ਫੋਕੀਆਂ ਫੜਾਂ ਉਹਨੇ ਕਿਹੜੇ ਰਿਸ਼ਤੇ ਕਰਾਉਣੇ ਨੇ ਬਾਕੀ ਤਾਂ ਫਿਰ ਤੂੰ ਮੈਨੂੰ ਕੁੜੀ ਕਾੜੀ ਦਿਖਾ ਦੀ ਆਪਾਂ ਤੇਰੇ ਨਾਲ ਰਿਸ਼ਤਾ ਹੀ ਲੈ ਲਾਂਗੇ ਮੇਰੀ ਸੁਣ ਲੈ ਗੱਲ ਮੇਰੇ ਤਾਂ ਜੀ ਆਇਆ ਕਰਦਾ ਵੀ ਤੈਨੂੰ ਵੀ ਨਾ ਮੈਂ ਕੁੜੀ ਦਿਖਾਵਾਂ ਤੇਰੇ ਵੀ ਫਿਰ ਗੱਲ ਨਹੀਂ ਪੱਜਦੀ ਕਰਦੇ ਨੇ ਉਹਨੂੰ ਦੱਸਣ ਲੱਗ ਜਾਨੀ ਹੈ ਫਿਰ ਹੋਰ ਕੀ ਕਰਾਂ ਹੁਣ ਰਾਏ ਤਾਂ ਕਰਨੀ ਪੈਂਦੀ ਹੈ ਕੋਈ ਰਾਏ ਦੀ ਲੋੜ ਨਹੀਂ ਦੇਖ ਰਿਸ਼ਤਾ ਮੈਂ ਕਰਾਉਂਗੀ ਤੈਨੂੰ ਅੱਜ ਕਹਿਤਾ ਮੈਂ ਜੇ ਮੈਨੂੰ ਪਤਾ ਲੱਗਾ ਵੀ ਭੂਆ ਦੀ ਹਾਂ 'ਚ ਤਾਂ ਹਾਂ ਮਿਲਈਏ ਤੇਰਾ ਮੇਰਾ ਰਿਸ਼ਤਾ ਸਮਝ ਲੈ ਟੁੱਟਿਆ ਮੈਂ ਨਹੀਂ ਤੇਰੇ ਦਿਲ 'ਚ ਪੈਰ ਦਿੰਦੀ ਚੱਲ ਠੀਕ ਹੈ ਬਸ ਠੀਕ ਹੈ ਮੈਂ ਆਪੇ ਉਹੀ ਗੱਲ ਮਾੜੀ ਮੋਟੀ ਰਾਏ ਲੈ ਲਾਂ ਬਾਕੀ ਰਿਸ਼ਤਾ ਤੂੰ ਕਰਾ ਦੀ ਮੈਂ ਤਾਂ ਤੇਰੇ ਹੱਥ ਲੈ ਲੂੰ ਮੈਨੂੰ ਕੁੜੀ ਟਕਾ ਦੀ ਕਹੀ ਜੀ ਲੈ ਕੁੜੀ ਹੁਣ ਸੋਹਣੀ ਸੁਣਖੀ ਉਹ ਲੰਬੀ ਲੂਜੀ ਪੜੀ ਲਿਖੀ ਕੁੜੀ ਇਹੋ ਜਿਹੀ ਪਾਵਾਂਗੇ ਕਹਿ ਰੱਖਿਆ ਮੈਂ ਬਚੋਦਿਆਂ ਨੂੰ ਮਖਾਂ ਐਨ ਸੋਹਣੀ ਸੁਣਖੀ ਕੁੜੀ ਦੇ ਸਾਨੂੰ ਭਾਲ ਕੇ ਇਹ ਨਾ ਹੋਵੇ ਜਿਹੋ ਜਿਹੀ ਭੂਆ ਐਡੀ ਕੋ ਗੇਂਡਾ ਜੀ ਉਹੋ ਜਿਹੀ ਲਿਆ ਕੇ ਕੁੜੀ ਛੱਡ ਚੱਲ ਬਸ ਠੀਕ ਹੈ ਆਹੋ ਤੇਰੀ ਸੁਣੂ ਹੁਣ ਮੈਂ ਚੱਲ ਠੀਕ ਹੈ ਫਿਰ ਕਿੰਨਾ ਕਿਚਰ ਕਿਸੇ ਦੇ ਸੁਣੀ ਜਾਊਂਗੀ ਕੌਣ ਆ ਗਿਆ ਵਿਚਾਲੇ ਫਸ ਰਹੀਆਂ ਮੈਂ ਤਾਂ ਮੈਂ ਵੀ ਤੈਨੂੰ ਚੋਰੀ ਮਿਲਣ ਆਈ ਸੀ ਤੇ ਮੈਂ ਤਾਂ ਜਾਨੀ ਆ ਤੂੰ ਵੀ ਦੱਬੇ ਪੈਰ ਲੰਘ ਜੀ ਇੱਕ ਗੱਲ ਹੋਰ ਹੈ ਜਿਹੜੀ ਭੂਆ ਨੇ ਗੱਲਾਂ ਮੈਨੂੰ ਫੋਨ ਤੇ ਉਸ ਦਿਨ ਕਹੀਆਂ ਨੇ ਮੇਰੇ ਉਹੀ ਰੜਕਦੀਆਂ ਨੇ ਉਹੀ ਰੜਕ ਕੱਟਣੀਆਂ ਮੈਂ ਰਿਸ਼ਤਾ ਕਰਾ ਕੇ ਕੋਈ ਨਾ ਕੋਈ ਨਾ ਹਾਂ ਚੱਲ ਠੀਕ ਆ ਚੰਗਾ ਚੰਗਾ ਬਣ ਗਿਆ ਮਤਲਬ ਚਾਹ ਦੀ ਬਾਟੀ ਘਰੋਂ ਲਿਆਈ ਤੇ ਇਹ ਵੀ ਠੰਡੀ ਕਰਾ ਦੇ ਚੱਲ ਕੋਈ ਨਹੀਂ ਹੁਣ ਕਜੀਆ ਹੋਇਆ ਐ ਖਾਨੀ ਕੋਈ ਡੋੜਾ ਕਰਾਊ ਖਾਨੀ ਕੋਈ ਨਾ ਕਰਾਊ ਫਾਹੇ ਦੇ ਰੱਖਿਆ ਸੀ ਮੈਚਿੰਗਾਂ ਕਰੀ ਫਿਰਦੀਆਂ ਤੂੰ ਕੀ ਸੁਣਾਵਾਂ ਮੈਂ ਮੇਰੇ ਨਾਲ ਜ਼ਿਆਦਾ ਮੈਚਿੰਗ ਕਰਨੀ ਹੁੰਦੀ ਆ
ਉਤੋਂ ਤੂੰ ਇਹ ਜਿਹਾ ਕੁਝ ਕਰੀ ਜਾਇਆ ਕਰ। ਮੇਰੀ ਗੱਲ ਸੁਣ ਲਓ, ਭੂਆ ਨੂੰ ਤੇ ਮੈਂ ਮਨਾ ਲਿਆ ਵਿਆਹ ਲਈ, ਤੁਸੀਂ ਕਿਉਂ ਨਹੀਂ ਮੰਨਦੇ ਪਏ ਇਹ ਗੱਲ ਦੱਸੋ ਮੈਨੂੰ। ਮੈਂ ਮੰਨਣ ਨੂੰ ਕੀ ਕਿਹਾ, ਮੈਨੂੰ ਤਾਂ ਇਹ ਵੀ ਘਰ ਦੇ ਨਹੀਂ ਮੰਨਣੇ, ਮੈਂ ਤਾਂ ਕਰਕੇ ਤੈਨੂੰ ਕਹੀ ਜਾਣਾ ਵੀ ਰਹਿਣ ਦੇ ਰਹਿਣ ਦੇ। ਭੂਆ ਤਾਂ ਮੰਨ ਗਈ, ਰਹੀ ਗੱਲ ਬੇਬੇ ਦੀ, ਬੇਬੇ ਨੂੰ ਵੀ ਆਪਾਂ ਮਨਾ ਲਾਂਗੇ। ਭੂਆ ਕਿਵੇਂ ਮੰਨ ਗਈ? ਲੈ ਭੂਆ ਨੂੰ ਮੈਂ ਮਨਾ ਲਿਆ। ਹੋਰ ਭੂਆ ਵੀ ਕਮਾਲ ਕਰਦੀ ਹੈ, ਪਤਾ ਨੀ ਤੇਰੇ ਕਹਿੰਦੀ ਪਤਾ ਨੀ ਮੇਰੇ ਕਹਿੰਦੀ, ਮੈਨੂੰ ਤਾਂ ਕਹਿੰਦੀ ਵੀ ਕੋਈ ਗੱਲ ਨੀ, ਜਿਹੋ ਜਿਹਾ ਤੂੰ ਕਹੇਗਾ ਮੈਂ ਕਰ ਦੂੰਗੀ। ਦੋਨਾਂ ਵੱਲ ਦੀ ਆ ਉਹ, ਭੂਆ ਬਹੁਤ ਚੰਗੀ ਆ, ਤੁਹਾਨੂੰ ਵੀ ਪਤਾ ਹੈ। ਬਹੁਤ ਚਲਾਕ ਆ ਤੂੰ, ਪਹਿਲਾਂ ਤੂੰ ਪਹਿਲਾਂ ਇਹੋ ਜਿਹਾ ਕੁਛ ਕਰ ਕਰਕੇ ਮੈਨੂੰ ਫਸਾਇਆ ਹੁਣ। ਨਹੀਂ ਕੀ ਕਰਤਾ, ਤੇਰੇ ਨਖਰੇ ਨੀ ਮਾਨ ਹੈਗੇ, ਨਖਰੇ ਨੁਖਰੇ ਕੋਈ ਨੀ। ਤੁਸੀਂ ਮੈਨੂੰ ਐਂ ਦੱਸੋ ਵਿਆਹ ਕਦੋਂ ਕਰਾਉਣਾ? ਕਿਉਂ ਵਿਆਹ ਕਰਾਉਣ ਵਾਲਾ ਕੀ ਐਤਵਾਰ ਵਾਲੀ ਛੁੱਟੀ ਹੈ ਵੀ ਹਾਂ ਤੈਨੂੰ ਦੱਸਣਾ ਵੀ ਕਦੋਂ ਐਤਵਾਰ ਹੈ ਵੀ ਕਦੋਂ ਨਹੀਂ। ਬਸ ਮੇਰੇ ਘਰਦੇ ਦੀ ਤਾਂ ਤੁਸੀਂ ਟੈਨਸ਼ਨ ਨਾ ਲਓ, ਤੁਹਾਡੀ ਮਾਸੀ ਕੀ ਕਹਿੰਦੀ ਆ? ਉਹ ਮਾਸੀ ਦੇ ਤਾਂ ਯਾਰ ਪੁੱਛ ਨਾ, ਉਹਨੇ ਤਾਂ ਏਡੇ ਸਿਆਪੇ ਪਾਏ ਹੋਏ ਨੇ, ਮੈਂ ਤੈਨੂੰ ਦੱਸ ਵੀ ਨੀ ਸਕਦਾ ਹੈਗਾ। ਚੱਲ ਫਿਰ ਤੇਰੇ ਨਾਲ ਵਾਅਦਾ ਰਿਹਾ, ਚੱਲ ਜੇ ਤੂੰ ਭੂਆ ਮੰਨ ਗਈ ਨਾ ਬੇਬੇ ਨੂੰ ਮਨਾ ਲਿਓ ਫਿਰ ਮੇਰੇ ਵੱਲੋਂ। ਹਾਂ ਜੇ ਮਾਸੀ ਨਹੀਂ ਮੰਨਦੀ ਨਾ, ਆਪਾਂ ਭੂਆ ਨੂੰ ਵਿੱਚ ਪਾ ਕੇ ਬੇਬੇ ਜੇ ਮੰਨ ਗਈ ਆਪਾਂ ਕੋਰਟ ਮੈਰਿਜ ਕਰਾ ਲਾਂਗੇ। ਬੇਬੇ ਤਾਂ ਮੰਨ ਜੂਗੀ, ਪਰ ਆਪਾਂ ਐਂ ਕਰਦੇ ਆ ਫਿਰ ਆਪਾਂ ਮਾਸੀ ਨੂੰ ਨਹੀਂ ਦੱਸਦੇ। ਹਾਂ ਮਾਸੀ ਨੂੰ ਨਾ ਦੱਸਿਓ, ਤੇ ਪੈਸੇ ਪੂਸੇ ਵੱਲੋਂ ਕੋਈ ਟੈਨਸ਼ਨ ਨਹੀਂ ਹੈਗੀ, ਵਿਆਹ ਆਪਾਂ ਨਾ ਪੂਰਾ ਟਾਪ ਦਾ ਕਰਾਂਗੇ। ਚਲ ਐਂ ਕਰਾਂਗੇ ਫਿਰ। ਪ੍ਰੀ ਵੈਡਿੰਗ ਕਿੱਥੇ ਕਰਾ ਲਿਆ ਮੈਂ? ਪ੍ਰੀ ਵੈਡਿੰਗ ਉਹ ਆਪਾਂ ਨਾ ਸਸਪੈਂਸ ਰੱਖਦੇ ਆ, ਹਜੇ ਨਹੀਂ ਦੱਸਦੇ ਆਪਾਂ। ਚਲ ਨੋਟ ਰੱਖਿਓ, ਅਗਲੀ ਜਿਹੜਾ ਮਤਲਬ ਕਿ ਅਗਲਾ ਐਪੀਸੋਡ ਆ ਰਿਹਾ ਨਾ ਉਹ ਸਾਡੇ ਵਿਆਹ ਦੀ ਜਿਹੜੀ ਤਰੀਕ ਆ ਉਹ ਰਿਵੀਲ ਕਰਾਂਗੇ, ਤੇ ਜੁੜੇ ਰਹੋ ਸਾਰੇ, ਕਮੈਂਟ ਕਰਕੇ ਵਧੀਆ ਮਤਲਬ ਕਿ ਵਧੀਆ ਵਧੀਆ ਕਮੈਂਟ ਕਰਿਓ ਹਨਾ, ਸਾਰੇ ਮੇਰੇ ਨਾਮ ਦੇ ਕਰਿਓ। ਇਹਦਾ ਤਾਂ ਇੱਕ ਸੋਹਣੀ ਹੈਗੀ ਹੈ, ਇਹਦਾ ਭੁਲੇਖ ਹੈ। ਪਿਛਲੀ ਵਾਰੀ ਤੁਸੀਂ ਨਾ ਉਹ ਪਾਰਟ 'ਚ ਮੇਰਾ ਕੋਈ ਵੀ ਕਮੈਂਟ ਨਹੀਂ ਕਰਿਆ ਸੀ, ਸਾਰੇ ਮੇਰੇ ਕਮੈਂਟ ਕਰਿਓ। ਜੇ ਜੱਟ ਦੀ ਟੌਰ ਹੋਊਗੀ ਤਾਂ ਇਹਦੀ ਟੌਰ ਹੋਊਗੀ। ਹੁਣ ਤੁਸੀਂ ਜੇ ਵਿਆਹ ਦੇਖਣਾ ਤਾਂ ਕਮੈਂਟ ਸਾਰੇ ਮੇਰੇ ਨਾਂ ਦੇ ਹੋਣੇ ਚਾਹੀਦੇ ਨੇ। ਹਾਂ ਫਿਰ ਮੇਰੇ ਨਾਂ ਦੇ ਵੀ ਕਰ ਦਿਓ, ਐਂ ਕਾਹਤੋਂ ਕਰਦੇ ਹੋ? ਚੱਲ ਕਰ ਦਿਓ ਯਾਰ, ਕੁੜੀ ਰੋਣ ਲੱਗ ਗਈ, ਬੜਾ ਮੋਜਾ ਕਰਦੀ ਹੈ। ਤੇ ਐਂ ਕਰਿਓ ਫਿਰ, ਜਿਹੜਾ ਤਿਆਰੀ ਰੱਖਿਓ ਅਗਲੇ ਸੋਮਵਾਰ ਜਿਹੜਾ ਮਤਲਬ ਕਿ ਪਾਰਟ ਆਊ, ਅਗਲੇ ਤੋਂ ਅਗਲੇ ਜਦੋਂ ਵੀ ਆਊਗਾ ਤਾਂ ਵਿਆਹ ਵਾਲੀ ਜਿਹੜੀ ਤਰੀਕ ਹੈ ਪ੍ਰੀ ਵੈਡਿੰਗ ਦੀ। ਹਾਂ ਪ੍ਰੀ ਵੈਡਿੰਗ ਦਾ ਮੈਂ ਪਤਾ ਹੀ ਨਹੀਂ, ਦੇਖੀ ਚਲੋ। ਥੈਂਕ ਯੂ, ਓਕੇ ਥੈਂਕ ਯੂ। ਸਟਾਰਟ ਰੱਖੀ ਅੱਛਾ, ਤੂੰ ਸਟਾਰਟ ਹੈ ਸਤਿਆਨ ਨਾਲ ਬੋਲੀ। ਅੱਛਾ ਹੁਣ ਸਟਾਪ ਹੋ ਗਿਆ, ਤੈਨੂੰ ਜਾਣੇ ਨਹੀਂ ਆਉਂਦਾ। ਠੀਕ ਹੈ, ਬੁਲਾ ਦੋ ਸੋਹਣੀ ਹੈ ਜਿਆਦੇ ਫੋਲੋ ਕਰ। ਆਹੋ ਇਹਨੂੰ ਬੋਲਣਾ ਨਹੀਂ ਆਉਂਦਾ, ਹੋਰ ਨਹੀਂ ਇਹ ਸਿੱਧੇ ਸਿੱਧੇ ਬੁਲਾ ਲੈ। ਤੇਰਾ ਭੂਆ 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 ਸਿੱਧੇ ਬੁਲਾ, ਭੂਆ ਬੋਲੂਗੀ। ਤੂੰ ਬੋਲ ਬੋਲ, ਮੈਂ ਤੇਰੇ ਨਾਲ ਆ, ਤੂੰ ਬੋਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬੋਲ ਦੇ ਤੂੰ ਬੋਲ ਪੈ ਹੁਣ। ਉਧਰੋਂ ਹੀ ਪ੍ਰੀਤ, ਉਧਰੋਂ ਹੀ ਨਾ, ਇਧਰੋਂ ਹੀ ਬੋਲ। ਹਾਂ ਬੋਲ, ਸਤਿ ਸ੍ਰੀ ਅਕਾਲ ਬੋਲੀ ਸਾਰਿਆਂ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਠੀਕ, ਉਮੀਦ ਆ ਕਿ ਤੁਸੀਂ ਠੀਕ ਹੋਵੋਗੇ। ਤੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ, ਤੇ ਸਾਡੀ ਵੀਡੀਓ ਕਿਵੇਂ ਲੱਗੀ? ਉਹਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇ, ਨਾਲ ਲਾਈਕ ਤੇ ਕਮੈਂਟ ਕਰਕੇ ਵੀ ਦੱਸ ਦੇ। ਉਹਨੂੰ ਲਾਈਕ ਕਰ ਲਓ ਤੇ ਪ੍ਰਧਾਨਗੀ।